ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਸਾਰੇ ਦੋਸਤਾਂ ਦਾ। ਕਿਸਾਨ ਵੀਰੋ, ਜੋ ਪੰਜਾਬ ਸਰਕਾਰ ਦੇ ਵੱਲੋਂ ਸੋਲਰ ਪੰਪ ਸਬਸਿਡੀ ਤੇ ਦੇਣ ਦੇ ਲਈ ਸਕੀਮ ਕੱਢੀ ਗਈ ਸੀ, ਜਿਸ ਦੇ ਤਹਿਤ ਕਿ 4660 ਜਿਹੜੇ ਸੋਲਰ ਕਨੈਕਸ਼ਨ ਹੈ ਉਹ ਕਿਸਾਨਾਂ ਨੂੰ ਦਿੱਤੇ ਜਾਣੇ ਸੀ, ਤਾਂ ਉਹਦੇ ਸੰਬੰਧ ਦੇ ਵਿੱਚ ਅੱਜ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਕਿਸਾਨ ਵੀਰੋ ਪੇੜਾ ਦੀ ਵੈਬਸਾਈਟ ਹੈ, pedasolarpump.com। ਇਸ ਵੈਬਸਾਈਟ ਤੇ ਤੁਸੀਂ ਜਿਹੜਾ ਆਪਣੇ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣੀਆਂ ਸੀ, ਇਸ ਵੈਬਸਾਈਟ ਦਾ ਲਿੰਕ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਉੱਥੋਂ ਜਾ ਕੇ ਵੀ ਤੁਸੀਂ ਜਿਹੜਾ ਇਹ ਵੈਬਸਾਈਟ ਖੋਲ੍ਹ ਸਕਦੇ ਹੋ। ਤਾਂ ਇੱਥੇ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਸਾਰੀ ਡਿਟੇਲ ਦਿੱਤੀ ਹੋਈ ਹੈ। ਜਨਰਲ ਕੈਟਾਗਰੀ ਦੇ ਨਾਲ ਸੰਬੰਧ ਰੱਖਣ ਵਾਲੇ ਕਿਸਾਨਾਂ ਵਾਸਤੇ ਜਿਹੜਾ 2500 ਅਰਜ਼ੀਆਂ ਰੱਖੀਆਂ ਗਈਆਂ, ਅਤੇ ਜਿਹੜੇ ਕਿਸਾਨ ਸ਼ਡਿਊਲ ਕਾਸਟ ਕੈਟਾਗਰੀ ਦੇ ਨਾਲ ਸੰਬੰਧ ਰੱਖਦੇ ਆ ਉਹਨਾਂ ਵਾਸਤੇ ਜਿਹੜਾ 300 ਅਰਜ਼ੀਆਂ ਉਹ ਰਾਖਵੀਆਂ ਰੱਖੀਆਂ ਗਈਆਂ, ਅਤੇ 200 ਅਰਜ਼ੀਆਂ ਜਿਹੜੀਆਂ ਉਹ ਪੰਚਾਇਤਾਂ ਦੇ ਵਾਸਤੇ ਰਾਖਵੀਆਂ ਰੱਖੀਆਂ ਗਈਆਂ। ਤਾਂ ਇੱਥੇ ਤੁਸੀਂ ਥੱਲੇ ਜਿਹੜਾ ਮੋਟਰਾਂ ਦੀ ਕਪੈਸਿਟੀ ਵੀ ਦੇਖ ਸਕਦੇ ਹੋ, 3 HP, 5 HP, 7.5 ਅਤੇ 10 HP ਦੇ ਕਨੈਕਸ਼ਨ ਆ ਜਿਹੜੇ ਉਹ ਕਿਸਾਨਾਂ ਨੂੰ ਦਿੱਤੇ ਜਾਣੇ ਆ। ਇਸ ਤੋਂ ਇਲਾਵਾ ਕਿਸਾਨ ਵੀਰ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਜਿਹੜਾ ਸਕਰੋਲ ਕਰਕੇ ਜਦੋਂ ਥੱਲੇ ਜਾਓਗੇ ਤਾਂ ਇੱਥੇ ਤੁਸੀਂ ਜਿਹੜਾ 33 ਬਲਾਕਾਂ ਦੀ ਲਿਸਟ ਵੀ ਦੇਖ ਸਕਦੇ ਹੋ, ਜਿਨ੍ਹਾਂ ਦੇ ਵਿੱਚ ਕਿ ਤੁਸੀਂ ਜਿਹੜਾ ਨਵੇਂ ਬੋਰ ਕਰਕੇ ਇਹ ਸੋਲਰ ਪੰਪ ਦੇ ਕਨੈਕਸ਼ਨ ਲੈ ਸਕਦੇ ਹੋ। ਇਸ ਤੋਂ ਇਲਾਵਾ ਥੱਲੇ ਤੁਸੀਂ ਜਿਹੜਾ ਪੰਜਾਬੀ ਦੇ ਵਿੱਚ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਵਾਊਚਰ ਡਾਊਨਲੋਡ ਕਰ ਸਕਦੇ ਹੋ, ਪੰਜਾਬੀ ਅਤੇ ਇੰਗਲਿਸ਼ ਵਰਜ਼ਨ ਦੋਨੇ ਜਿਹੜਾ ਤੁਸੀਂ ਇੱਥੇ ਡਾਊਨਲੋਡ ਕਰਕੇ ਅਤੇ ਸਾਰੀ ਜਾਣਕਾਰੀ ਹੈ ਜਿਹੜੀ ਉਹ ਵਾਊਚਰ ਦੇ ਵਿੱਚ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਜਿਹੜਾ ਫਾਰਮ ਭਰਨ ਦੇ ਲਈ ਉੱਪਰ ਜੋ 3 ਲਾਈਨਾਂ ਦਿਖਾਈ ਦੇ ਰਹੀਆਂ ਇਹਨਾਂ ਦੇ ਉੱਪਰ ਕਲਿੱਕ ਕਰਨਾ ਹੈ। ਇੱਥੇ ਤੁਹਾਨੂੰ ਦੋ ਆਪਸ਼ਨ ਨਜ਼ਰ ਆਉਣਗੇ, ਕ੍ਰੀਏਟ ਨਿਊ ਅਕਾਊਂਟ ਅਤੇ ਸਾਈਨ ਇਨ। ਅਗਰ ਤੁਸੀਂ ਪਹਿਲੀ ਵਾਰ ਇਸ ਵੈਬਸਾਈਟ 'ਤੇ ਆਏ ਹੋ ਤਾਂ ਤੁਹਾਨੂੰ ਜਿਹੜਾ ਆਪਣਾ ਨਵਾਂ ਅਕਾਊਂਟ ਇਸ ਵੈਬਸਾਈਟ ਦੇ ਉੱਪਰ ਬਣਾਉਣਾ ਪਵੇਗਾ, ਫਿਰ ਹੀ ਤੁਸੀਂ ਜਿਹੜਾ ਆਪਣੀ ਅਰਜ਼ੀ ਹੈ ਉਹ ਅਪਲਾਈ ਕਰ ਸਕਦੇ ਹੋ। ਜਿਨ੍ਹਾਂ ਦੇ ਪਹਿਲਾਂ ਤੋਂ ਅਕਾਊਂਟ ਬਣੇ ਹੋਏ ਆ ਉਹ ਸਾਈਨ ਇਨ ਕਰਕੇ ਜਿਹੜਾ ਆਪਣੀ ਐਪਲੀਕੇਸ਼ਨ ਉਹ ਚੈੱਕ ਕਰ ਸਕਦੇ ਆ। ਤਾਂ ਆਪਾਂ ਜਿਹੜਾ ਨਵਾਂ ਅਕਾਊਂਟ ਬਣਾਉਣ ਦੇ ਲਈ ਜਿਹੜਾ ਕ੍ਰੀਏਟ ਨਿਊ ਅਕਾਊਂਟ ਦੇ ਉੱਪਰ ਕਲਿੱਕ ਕਰਾਂਗੇ। ਉਸ ਤੋਂ ਬਾਅਦ ਇਹ ਪੇਜ ਓਪਨ ਹੋਵੇਗਾ, ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਉੱਪਰ ਆ ਰਿਹਾ ਟੋਟਲ ਐਪਲੀਕੇਸ਼ਨ ਰਿਚਾਰਜ ਯੂ ਕੈਨ ਨਾਟ ਅਪਲਾਈ ਫੋਰ ਦਾ ਸੇਮ ਨਾਓ। ਮਤਲਬ ਕਿ ਜੋ ਟੋਟਲ ਇਹਨਾਂ ਦੇ ਵੱਲੋਂ 4660 ਕਨੈਕਸ਼ਨ ਦਿੱਤੇ ਜਾਣੇ ਸੀ, ਤਾਂ ਉਹਦੇ ਲਈ ਜੋ ਵੀ ਅਰਜ਼ੀਆਂ ਦੀ ਲਿਮਿਟ ਇਹਨਾਂ ਦੇ ਵੱਲੋਂ ਰੱਖੀ ਗਈ ਸੀ ਉਹ ਅਰਜ਼ੀਆਂ ਜਿਹੜੀਆਂ ਅਪਲਾਈ ਹੋ ਚੁੱਕੀਆਂ। ਤਾਂ ਹੁਣ ਨਵੀਂ ਜਿਹੜੀ ਅਰਜ਼ੀ ਆਪਾਂ ਇੱਥੇ ਅਪਲਾਈ ਨਹੀਂ ਕਰ ਸਕਦੇ, ਇਹ ਜਿਹੜੀ ਨਵੀਂ ਅਰਜ਼ੀ ਦਾ ਆਪਸ਼ਨ ਹੈ ਇਹਨਾਂ ਦੇ ਵੱਲੋਂ ਕਲੋਜ਼ ਕਰ ਦਿੱਤਾ ਗਿਆ। ਇੱਥੇ ਜਿਨ੍ਹਾਂ ਦੇ ਵੱਲੋਂ ਜਿਹੜਾ ਪਹਿਲਾਂ ਅਕਾਊਂਟ ਬਣਾ ਕੇ ਅਰਜ਼ੀਆਂ ਦਿੱਤੀਆਂ ਗਈਆਂ ਤਾਂ ਉਹ ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਆਈਡੀ ਲਾ ਕੇ ਜਿਹੜਾ ਆਪਣੀ ਐਪਲੀਕੇਸ਼ਨ ਚੈੱਕ ਕਰ ਸਕਦੇ ਆ। ਹੇਠਾਂ ਤੁਸੀਂ ਦੇਖ ਸਕਦੇ ਹੋ ਆਪਸ਼ਨ ਆ ਰਿਹਾ ਨਿਊ ਐਪਲੀਕੈਂਟ ਰਜਿਸਟਰ ਹੈ, ਤਾਂ ਇਹਦੇ 'ਤੇ ਜਦੋਂ ਆਪਾਂ ਕਲਿੱਕ ਕਰਾਂਗੇ ਦੁਬਾਰਾ ਤੋਂ ਫਿਰ ਜਿਹੜਾ ਉਹੀ ਪੇਜ ਓਪਨ ਹੋ ਜਾਵੇਗਾ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਫਿਰ ਆ ਰਿਹਾ ਕਿ ਜਿਹੜੀਆਂ ਟੋਟਲ ਐਪਲੀਕੇਸ਼ਨ ਜੋ ਦਿੱਤੀਆਂ ਜਾਣੀਆਂ ਸੀ ਉਹ ਅਪਲਾਈ ਹੋ ਚੁੱਕੀਆਂ। ਤਾਂ ਹੁਣ ਆਪਾਂ ਜਿਹੜੀ ਨਵੀਂ ਐਪਲੀਕੇਸ਼ਨ ਇੱਥੇ ਅਪਲਾਈ ਨਹੀਂ ਕਰ ਸਕਦੇ, ਪਰ ਕਿਸਾਨ ਵੀਰੋ ਇਸ ਵੈਬਸਾਈਟ ਦੇ ਨਾਲ ਮਿਲਦੀਆਂ ਜੁਲਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਫੇਕ ਵੈਬਸਾਈਟਾਂ ਜਿਹੜੀਆਂ ਉਹ ਬਣੀਆਂ ਹੋਈਆਂ, ਤਾਂ ਉਹਨਾਂ ਦੇ ਸੰਬੰਧ ਵਿੱਚ ਇਹੀ ਜਿਹੜੀ ਜ਼ਰੂਰੀ ਜਾਣਕਾਰੀ ਤੁਹਾਨੂੰ ਦੇਣੀ ਸੀ ਕਿ ਉੱਥੇ ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਫਿਲ ਕਰਨ ਦੇ ਲਈ ਜਾਓਗੇ ਤਾਂ ਤੁਹਾਨੂੰ ਜਿਹੜੇ ਸਾਰੇ ਆਪਸ਼ਨ ਉੱਥੇ ਖੁੱਲ੍ਹੇ ਮਿਲਣਗੇ। ਤੁਸੀਂ ਜਿਹੜੀ ਆਪਣੀ ਨਵੀਂ ਅਰਜ਼ੀ ਜਦੋਂ ਭਰੋਗੇ ਤਾਂ ਉੱਥੇ ਤੁਹਾਡੇ ਤੋਂ ਜਿਹੜੀ ਤੁਹਾਡੇ ਬੈਂਕ ਦੀ ਡਿਟੇਲ ਆ ਉਹ ਵੀ ਮੰਗੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਾਰੀ ਡਿਟੇਲ ਭਰਨ ਤੋਂ ਬਾਅਦ ਤੁਹਾਨੂੰ ਜਿਹੜਾ ਤੁਹਾਡੇ ਹਿੱਸੇ ਦੀ ਜਿਹੜੀ ਰਕਮ ਬਣਦੀ ਹੈ ਉਹ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਜਾਵੇਗਾ। ਕਈ ਕਿਸਾਨ ਭਰਾ ਜਿਹੜਾ ਇਸ ਤਰ੍ਹਾਂ ਦੀਆਂ ਫੇਕ ਵੈਬਸਾਈਟਾਂ ਦੇ ਉੱਪਰ ਆਪਣੀਆਂ ਅਰਜ਼ੀਆਂ ਫਿਲ ਕਰਕੇ ਅਤੇ ਆਪਣੇ ਹਿੱਸੇ ਦੀ ਰਕਮ ਜਮ੍ਹਾਂ ਕਰਵਾ ਕੇ ਜਿਹੜਾ ਬਹੁਤ ਵੱਡੀ ਠੱਗੀ ਦਾ ਸ਼ਿਕਾਰ ਹੋ ਰਹੇ ਆ। ਸੋ ਇਹ ਜ਼ਰੂਰੀ ਜਿਹੜੀ ਜਾਣਕਾਰੀ ਕਿਸਾਨ ਵੀਰੋ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਜਿਹੜੀ ਪੇੜਾ ਦੀ ਇੱਕੋ ਇੱਕ ਵੈਬਸਾਈਟ ਹੈ ਜਿੱਥੇ ਤੁਸੀਂ ਜਿਹੜਾ ਆਪਣੀ ਅਰਜ਼ੀ ਜਿਹੜੀ ਉਹ ਭਰ ਸਕਦੇ ਹੋ, ਅਤੇ ਉਹ ਅਰਜ਼ੀਆਂ ਜਿਹੜੀਆਂ ਉਹ ਭਰੀਆਂ ਜਾ ਚੁੱਕੀਆਂ ਹੁਣ। ਹੋਰ ਇਸ ਤੋਂ ਇਲਾਵਾ ਤੁਸੀਂ ਕਿਤੇ ਵੀ ਜਿਹੜੀ ਨਵੀਂ ਅਰਜ਼ੀ ਅਪਲਾਈ ਨਹੀਂ ਕਰ ਸਕਦੇ। ਸੋ ਇਸ ਤਰ੍ਹਾਂ ਦੀਆਂ ਫੇਕ ਵੈਬਸਾਈਟਾਂ ਤੋਂ ਤੁਸੀਂ ਜਿਹੜਾ ਸਾਵਧਾਨ ਰਹਿਣਾ। ਇਸ ਵੈਬਸਾਈਟ ਦਾ ਜਿਹੜਾ ਲਿੰਕ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤਾਂ ਉੱਥੋਂ ਜਾ ਕੇ ਵੀ ਤੁਸੀਂ ਜਿਹੜਾ ਇਹ ਵੈਬਸਾਈਟ ਉਹ ਚੈੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਜੋ ਵੀ ਫੇਕ ਵੈਬਸਾਈਟਾਂ ਦੇ ਉੱਪਰ ਤੁਸੀਂ ਜਿਹੜਾ ਬਿਲਕੁਲ ਵੀ ਕੋਈ ਅਰਜ਼ੀ ਨਹੀਂ ਭਰਨੀ। ਅਗਰ ਸਰਕਾਰ ਦੇ ਵੱਲੋਂ ਹੋਰ ਕੋਈ ਵੀ ਸੋਲਰ ਪੰਪ ਜਾਂ ਕਿਸੇ ਵੀ ਤਰ੍ਹਾਂ ਦੀ ਸਬਸਿਡੀ ਸੰਬੰਧੀ ਕੋਈ ਨਵੀਂ ਸਕੀਮ ਆਉਂਦੀ ਹੈ ਤਾਂ ਉਹਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਮਿਲੇਗੀ। ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਲਓ ਤਾਂ ਕਿ ਸਭ ਤੋਂ ਪਹਿਲਾਂ ਜਿਹੜੀ ਜਾਣਕਾਰੀ ਉਹ ਤੁਹਾਨੂੰ ਮਿਲ ਸਕੇ। ਇਸ ਵੀਡੀਓ ਨੂੰ ਆਪਣੇ ਹੋਰ ਕਿਸਾਨ ਭਰਾਵਾਂ ਦੇ ਨਾਲ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਾਰੇ ਕਿਸਾਨ ਭਰਾਵਾਂ ਨੂੰ ਜਾਣਕਾਰੀ ਮਿਲ ਸਕੇ, ਤੋਂ ਇਸ ਤਰ੍ਹਾਂ ਦੀ ਜਿਹੜੀ ਲੁੱਟ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਸੋ ਫਿਰ ਹਾਜ਼ਰ ਹੋਵਾਂਗੇ ਕੋਈ ਨਵੀਂ ਜਾਣਕਾਰੀ ਲੈ ਕੇ। ਧੰਨਵਾਦ।